ਮੁੜ ਕੇ ਆ ਗਈਆਂ ਵਾ ਉਹਦੀ ਵੀਡੀਓ ਨਹੀਂ ਬਣਾਈ ਇਹ ਬਹੁਤ ਖਤਰਨਾਕ ਤਰੀਨ ਮੋੜ ਹੈ ਇਹ ਨਹਿਰ ਦੇ ਜਿੱਦਾਂ ਝਾਲ ਦੇ ਦਰ ਵਾ ਨਾ ਉਹ ਥੱਲੇ ਇੱਦਾਂ ਵਾ ਆਹ ਨਹਿਰ ਆ ਇਹਨਾਂ ਦੀ ਜਦੋਂ ਬਾਰਿਸ਼ ਬੁਰਿਸ਼ ਹੁੰਦੀ ਇੱਥੇ ਭਰਿਆ ਪਿਆ ਹੁੰਦਾ ਪਾਣੀ ਨਾਲ ਇਹਨਾਂ ਦੀ ਨਹਿਰ ਸੀਗੀ ਇਹ ਵੇਖੋ ਜੀ ਇਹ ਵੇਖੋ ਇਹ ਖਤਰਨਾਕ ਤਰੀਨ ਮੋੜ ਆ ਗਿਆ ਹੁਣ ਨਜ਼ਰ ਆ ਰਿਹਾ ਤੁਹਾਨੂੰ ਗੱਡੀ ਦਾ ਮੂੰਹ ਹੋ ਗਿਆ ਥੱਲੇ ਨੂੰ ਜਿਵੇਂ ਇੰਜ ਇੰਜ ਇਹ ਵੇਖੋ ਜੀ ਇਹ ਵੇਖੋ ਇਹ ਨਹਿਰ ਇਹਨਾਂ ਦੀ ਨੂੰ ਇੱਥੋਂ ਮੋੜ ਪੈ ਜਾਂਦਾ ਮੁਖਾਲੋ ਸਾਈਡ ਨੂੰ ਹੋ ਜਾਂਦੀ ਇਹ ਦੇਖੋ ਜੀ ਖਤਾਨ ਹੈ ਮੋੜ 'ਤੇ ਮੋੜ ਹੀ ਪਈ ਜਾਂਦਾ ਜੀ ਓਏ 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 ਇਹ ਵੇਖੋ ਜੀ ਥੱਲੇ ਖਤਾਨ ਇੱਧਰ ਪਹਾੜੀਆਂ ਅਤੇ ਅੱਗੇ ਸੇ ਗਾੜੀ ਆ ਗਈ ਧਿਆਨ ਸੇ ਲੰਘਣਾ ਭਾਏ ਨਾ ਹਾਂਜੀ ਇਹ ਵੇਖੋ ਜੀ ਆਈ ਵਾ ਉਹ ਮੇਰੇ ਕੋਲ ਇਸ਼ਾਰਾ ਕਰ ਰਿਹਾ ਕਿ ਉੱਧਰ ਮਨੂ ਤੋਂ ਨਹੀਂ ਹੈ ਮੈਂ ਬੋਲਾਂ ਨਹੀਂ ਹੈ ਮੈਨੇ ਇਸ਼ਾਰਾ ਹੀ ਨਹੀਂ ਕੀਤਾ ਤਾਂ ਮੈਂ ਕਿਸੇ ਬੋਲੂੰ ਨਹੀਂ ਹੈ ਮਮਨੂ ਮਤਲਬ ਨੋ ਐਂਟਰੀ ਬੜੀ ਗਾੜੀ ਕੀ ਯੂ ਨੋ ਵਾਹ ਇਹ ਦੇਖੋ ਜੀ ਇਹ ਦੇਖੋ ਇਹ ਮੋੜ ਪਈ ਆ ਰਿਹਾ ਹਾਲੇ ਖਤਮ ਨਹੀਂ ਹੋਇਆ ਅਤੇ ਥੱਲੇ ਨੂੰ ਹੀ ਆ ਮੂੰਹ ਗੱਡੀ ਦਾ ਥੱਲੇ ਨੂੰ ਹੀ ਹੋਈ ਆਣ ਡਿਆ ਵਾਹ 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 ਲੁਕਿੰਗ ਜਸਟ ਵਾਹ ਮਾੜੇ ਡਰਾਈਵਰ ਕੇ ਤੋਂ ਇੱਧਰ ਪਦ ਨਿਕਲ ਜਾਤੇ ਹੈ ਪਦ ਹਮ ਤੋ ਬੜੇ ਸਕੂਨ ਸੇ ਅਲਹਮਦੁਲਿਲਾ ਜਾ ਰਹੇ ਹੈ ਕਿਉਂਕਿ ਮਾਰੇ ਸਰ ਪੇ ਮਾਂ ਕੀ ਦੁਆਏ ਹੈ ਅੱਲਾ ਕਾ ਸਾਥ ਹੈ ਤੋ ਹਮੇ ਟੈਨਸ਼ਨ ਨਹੀਂ ਹੈ ਕਿਸੇ ਚੀਜ਼ ਕੀ ਇੱਕ ਹੋਰ ਗਾੜੀ ਆ ਗਈ ਹੈ ਮਾੜੇ ਆ ਗਏ ਬੜੀ ਗਾੜੀ ਇਹ ਚੋਰ ਰਸਤਾ ਐਸਾ ਹੈ ਇਸ ਲਈ ਇੱਧਰ ਬਹੁਤ ਦੇਖੋ ਇਸ ਦੀ ਸਪੀਡ ਕਿਤਨੀ ਹੈ ਤੇਰੀ ਚਸ਼ਮਾ ਲਗਾਓ ਨਾ ਸਰ ਇਹ ਇੱਕ ਪਾਕਿਸਤਾਨੀ ਖੜਾ ਵਿਚਾਰਾ ਰੋਡ ਦੇ ਉੱਤੇ ਮੈਨੂੰ ਇਸ਼ਾਰੇ ਕਰਨ ਡਿਆ ਵਾ ਭਾਈ ਰੋਕ ਲਾ ਭਾਈ ਰੋਕ ਲਾ ਮੈਨੂੰ ਕਹਿਣ ਡਿਆ ਵੇਖੀ ਵੇਖੀ ਮੈਨੂੰ ਕਹਿੰਦਾ ਭਾਈ ਰੋਕ ਲਾ ਭਾਈ ਹੁਣ ਚੜ੍ਹਾਈ ਆ ਗੱਡੀ ਅੱਗੇ ਥੱਲੇ ਮੂੰਹ ਲਥਾਈ ਦੇ ਕਿਵੇਂ ਰੋਕਿਆ ਖੜਾ ਭਾਈ ਵਿਚਾਰਾ ਉਹ ਤੇਰੀ ਖੈਰ ਹੋਵੇ ਚਸ਼ਮਾ ਲਗਾਓ ਨਾ ਸਰ ਸ਼ਾਬਾਸ਼ੇ ਸਿੰਗਰ ਰੋਡ 'ਤੇ ਗੱਡੀ ਖੜੀ ਕਰਨੀ ਜਿਹੜੀ ਹੈ ਨਾ ਉਹ ਖਤਰਾ ਵਾ ਇਸ ਲਈ